ਕੀ ਯੂਜ਼ ਆਪਣਾ ਵਿਚਾਰੇ ਬੜੇ ਪਾਗਲ ਨੇ ਇਹਨਾਂ ਦਾ ਕਾਰਨ। ਬਿਲਕੁਲ। ਤੇ ਯਾਨੀ ਬਾਬਾ ਜੀ, ਤੁਹਾਡੀ ਕਿਹੜੀ ਇੱਕ ਹਸਰਤ ਹੈਗੀ ਹੈ ਜਿਹੜੀ ਹਾਲੇ ਤੱਕ ਪੂਰੀ ਨਹੀਂ ਹੋਈ? ਖੁਆਹਿਸ਼? ਹੁਣ ਕੋਈ ਨਹੀਂ ਮਿਲਦਾ, ਪਹਿਲੇ ਜਿਹਦੇ ਘਰ ਦੇ ਉਹਦੇ ਹੀ ਹੋ ਜਾਂਦੇ ਆ, ਪਹਿਲਾਂ ਦੇਵੇ ਕੋਈ ਬੱਚਾ। ਬਿਲਕੁਲ। ਤੇ ਉਸ ਬਾਬਾ ਜੀ, ਤੁਹਾਡੀ ਯਾਨੀ ਕਿ ਜਿਹੜੀ ਬੇਗਮ ਹੈਗੀ ਸੀ, ਉਹ ਯਾਨੀ ਕਿ ਜਦੋਂ ਤੁਹਾਡੀ ਨਵੀਂ ਨਵੀਂ ਸ਼ਾਦੀ ਹੋਈ ਸੀ ਉਦੋਂ ਹੀ ਉਹ ਫੋਤ ਹੋ ਗਈ ਸਨ? ਨਹੀਂ, ਉਹ 50 ਸਾਲ ਰਹੀ ਮੇਰੇ ਕੋਲ। ਅੱਛਾ, ਸਮਝ ਗਏ। ਹੁਣ ਆਹੋ, 15 ਕੁ ਸਾਲ ਹੋ ਗਏ ਅੱਲਾ ਨੂੰ ਪਿਆਰੀ, ਯਾਨੀ ਕਿ ਉਹਨਾਂ ਨੂੰ ਔਲਾਦ ਨਹੀਂ ਹੈਗੀ ਸੀ ਤੁਹਾਨੂੰ ਬਾਬਾ ਜੀ? ਬੜੇ ਬੱਚੇ, ਅੱਲਾ ਅੱਲਾ ਦੇਵੀ ਦੁਆਈਆਂ ਦੇਵੀ ਕਿਸਮਤ। ਚਲੋ ਕੋਈ ਨਹੀਂ ਬਾਬਾ ਜੀ, ਮਾਸ਼ਾਅੱਲਾ। ਬਾਕੀ ਤਾਂ ਹੈਗੇ ਨੇ ਨਾ, ਆਬੇ ਵੀ, ਮਾਂ ਜੀ ਵੀ, ਉਹ ਵੀ ਮਾਸ਼ਾਅੱਲਾ ਤੁਹਾਨੂੰ ਅੱਬੂ ਹੀ ਮੰਨਦੇ ਨੇ। ਆਬੂ ਤਾਂ ਹੀ ਮੰਨਦੇ ਨੇ, ਉਹ ਵੀ ਪੁੱਤ ਮੇਰਾ ਘਰ ਪਿੰਡ ਮਿਲ ਦੂਰ ਆ, ਇਹ ਨੇੜੇ ਮਾਸਟਰ ਇੱਦਾਂ ਬਣਿਆ, ਮੈਂ ਬਣਿਆ। ਜਿਹੜਾ ਦੁੱਧ ਛੱਡਦਾ ਉਹ ਅਸੀਂ ਲੈ ਜਾਂਦੇ। ਅੱਛਾ, 500 ਛੋਰੇ ਮੈਂ ਗਾੜਿਆ ਦੇ ਚਾਰ ਚਾਹ ਕੇ। ਅੱਛਾ, 3 ਮੀਲ ਪਿੱਛੋਂ ਭਰਦਾ। ਅੱਛਾ, ਯਾਨੀ ਕਿ ਬਾਬਾ ਜੀ, ਤੁਸੀਂ ਆਪ ਵੀ ਤਾਂ ਮਾਜਿਦ ਬਾਈ ਨੂੰ ਵਗੈਰਾ ਨੂੰ ਯਾਨੀ ਕਿ ਬਚਪਨ ਵਿੱਚ ਬੜਾ ਖਿਡਾਇਆ ਜੀ? ਇੱਕ ਖਾਲਿਦ ਨੂੰ ਮੈਂ ਆ ਗਿਆ ਸੀ, ਇਹਦੇ ਦੇ ਨਿੱਕਾ। ਅੱਛਾ, ਪਿੱਛੇ ਜਾਣੇ ਉਹਦੇ ਮੂੰਹ 'ਚ ਨਿਕਲ ਜਾਂਦਾ ਬਾਬਾ, ਪਾਇਆ ਇੱਕ ਪੈਰ ਸਾਡਾ, ਦੁਨੀਆਂ ਦੇ ਮੂੰਹ 'ਚ ਨਹੀਂ ਨਿਕਲਦਾ, ਦੁਨੀਆਂ ਦਾ ਬਾਈ ਨਿਕਲਦਾ, ਉਹਦੇ ਮੂੰਹ 'ਚ ਕੋਈ ਨਿਕਲ ਜਾਂਦਾ ਕਿਸੇ। ਬਾਬਾ ਕੀ ਹਾਲ, ਚੰਗਾ ਹੁਣ ਮੈਂ ਹਿਸਾਬ ਕਰ।